ਲਓ ਜੀ ਗੱਲ ਕਰਨ ਲੱਗਿਆਂ ਉਹਨਾਂ ਵੇਲਿਆਂ ਦੇ ਪਿਆਰ ਦੀ ਜਦੋਂ ਸੰਗ ਇੰਨੀ ਜ਼ਿਆਦਾ ਸੀ ਕਿ ਬੰਦਾ ਆਪਣੀ ਘਰ ਵਾਲੀ ਤੋਂ ਵੀ 10 ਕਦਮਾਂ ਦੀ ਦੂਰੀ 'ਤੇ ਚੱਲਦਾ ਸੀ। ਲੁਕ ਲੁਕ ਕੇ ਮਿਲਦਾ ਨਾ ਯਾ ਵੀ ਮੁਕਾ ਲੈਣਾ, ਵਿਆਹ ਹੀ ਕਰਾ ਲੈਣਾ ਮੈਂ। ਵਿਆਹ ਕਰਾ ਲਿਆ, ਵਿਆਹ ਤੋਂ ਬਾਅਦ ਬੰਦਾ ਸੁਧਰ ਵੀ ਜਾਂਦਾ, ਨਾਲੇ ਇੱਧਰ ਉੱਧਰ ਮੂੰਹ ਮਾਰਨੋਂ ਹਟ ਜਾਂਦਾ। ਉਹ ਮੈਂ ਇਸੇ ਨਾ ਕਰਾਉਣਾ। ਉਹ ਨਹੀਂ ਮਾਸੀ ਦਾ ਥੋੜਾ, ਤੁਸੀਂ ਗੱਲ ਸਮਝ ਗਏ, ਤੁਹਾਡੀ ਭੂਆ ਦੇ ਮੁੰਡੇ ਦੇ ਗਾਂ ਸਹੁਰਿਆਂ ਚੋਂ ਉਹਨਾਂ ਦੀ ਕੁੜੀ ਦੇ ਸਕੇ ਚਾਚੇ ਦਾ ਮੁੰਡਾ। ਅੱਛਾ ਅੱਛਾ। ਵੀਰੇ ਲੱਸੀ। ਮੇਰੀ ਭੂਆ ਦੀ ਕੁੜੀ ਵੀ ਲਾਈ ਸੋਹਣੀ ਆ। ਉਹ ਰਹਿੰਦੇ ਰਹਿੰਦੇ, ਮੈਨੂੰ ਪਤਾ ਤੁਸੀਂ ਮੇਰੀ ਜ਼ਮੀਨ ਦੇ ਬੰਨੂ ਫਿਰਦੀ ਆ, ਮੈਂ ਤਾਂ ਕੁੜੀ ਲੱਭੀ ਫਿਰਦਾ। ਮਾੜੇ ਦੀ ਕੀ ਹਾਲ ਨੇ? ਵਧੀਆ ਨੇ ਜੀ, ਤੁਸੀਂ ਸਾਡੇ ਪ੍ਰਾਹੁਣੇ ਹੋ, ਖਾਤਰਦਾਰੀ ਚ ਕੋਈ ਕਮੀ ਪੇਸ਼ੀ ਹੋਵੇ ਤਾਂ ਦੱਸਣਾ। ਨਹੀਂ ਜੀ, ਕਮੀ ਪੇਸ਼ੀ ਤਾਂ ਕੋਈ ਨਹੀਂ। ਉਹ ਭਾਜੋ ਨਾ ਕਿਹੋ ਜੀ ਦਿਖਦੀ ਹੈ। ਉਹ ਪਵਿੱਤਰ ਤੋਂ ਤੇ ਮਾੜੀ ਜੀ ਘੱਟ ਹੀ ਹੈ। ਤੈਨੂੰ ਦੇਖ ਕੇ ਕੀ ਹੋ ਗਿਆ, ਚੈਨ ਆਵੇ ਨਾ ਕਿਤੇ ਖੋ ਗਿਆ। ਕੀ ਗਵਾਚਿਆ? ਤੂੰ ਨਾ ਬਾਹਰ ਜਾ ਕੇ ਦੁੱਧ ਦੁੱਧ ਵਰਤਾ ਤੇ ਆਪਣਾ ਕੋਈ ਲੱਭ। ਮੈਂ ਨਾ ਤਾਰਿਆਂ ਤੁਰਿਆਂ ਵਾਲੀਆਂ ਗੱਲਾਂ ਤੋਂ ਨਾ ਬਹੁਤ ਅੱਗੇ ਲੰਘ ਚੁੱਕਾ। ਇਹ ਗੱਲਾਂ ਤੁਹਾਡੇ ਆਮ ਲੋਕਾਂ ਦੇ ਸਮਝ ਆਉਣ ਵਾਲੀਆਂ ਨਹੀਂ ਆ। ਭਜਣਾ ਨਹੀਂ? ਬਹੁਤ ਭੱਜ ਲਿਆ ਜੀ, ਹੁਣ ਨਹੀਂ ਭੱਜਣਾ। ਵੈਸੇ ਵੀ ਤੁਸੀਂ ਭੱਜਣ ਦੇਣਾ ਹੀ ਨਹੀਂ।